ਆਤੀ ਜਨਤਾ ਯੂਵ ਮੋਚਾਵਲੋ 75ਵੇਂ ਸਤੰਤਰਤਾ ਦਿਵਸ ਦੇ ਸਬੰਧ ਵਿੱਚ ਯੂਵ ਸੰਕਲਪ ਯਾਤਰਾ ਦੇ ਤਹਿਤ ਦੇਸ਼ ਭਰ ਚ ਤਿਰੰਗਾ ਮੈਰਾਥਨ ਦਾ ਆਯੋਜਨ ਕੀਤਾ ਗਿਆ ਇਸ ਦੇ ਤਹਿਤ ਫਗਵਾੜਾ ਵਿਖੇ ਪਾਤੀ ਜਨਤਾ ਯੂਵ ਮੋਚਾਵਲੋ ਮਹਾ ਮੰਤਰੀ ਨਿਤਿਨ ਚੱਡਾ ਦੀ ਅਗਵਾਈ ਵਿੱਚ ਤਿਰੰਗਾ ਮੈਰਾਥਨ ਆਯੋਜਿਤ ਕੀਤੀ ਗਈ ਜਿਸ ਵਿੱਚ ਪਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਾਕੇਸ਼ ਦੁੱਗਲ ਸ਼ਹਿਰੀ ਪ੍ਰਧਾਨ ਪਰਮਜੀਤ ਪੰਮਾ ਅਤੇ ਸਾਬਕਾ ਮੇਅਰ ਅਰਣ ਖੋਸਲਾ ਉੱਚੇ ਚਿਤੌਤੇ ਸ਼ਾਮਿਲ ਹੋਏ ਰੈਸਟ ਹਾਊਸ ਤੋਂ ਸ਼ੁਰੂ ਹੋ ਕੇ ਤਿਰੰਗਾ ਮੈਰਾਥਨ ਸ਼ਾਇਦ ਦੇ ਵਕ ਵਕ ਥਾਮਾ ਤੋਂ ਹੁੰਦੀ ਹੋਈ ਵਾਪਸ ਰੈਸਟ ਹਾਊਸ ਵਿਖੇ ਸਮਾਪਤ ਹੋਈ। ਪਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਕੇਸ਼ ਦੁੱਗਣ ਨੇ ਕਿਹਾ ਕਿ ਦੇਸ਼ ਨੂੰ ਆਜ਼ਾਦ ਹੋਏ 75 ਸਾਲ ਹੋ ਚੁੱਕੇ ਹਨ ਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਇਹ ਤਿਰੰਗਾ ਮੈਰਾਥਨ ਆਯੋਜਿਤ ਕੀਤੀ ਗਈ ਹੈ। ਜੁਵਾ ਸੰਕਲਪ ਯਾਤਰਾ ਦੇ ਤਹਿਤ ਭਾਰਤੀ ਜਨਤਾ ਪਾਰਟੀ ਜੁਵਾ ਮੋਰਚਾ ਭਾਰਤੀ ਜਨਤਾ ਪਾਰਟੀ 75ਵੇਂ ਸੁਤੰਤਰਤਾ ਦਿਵਸ ਦੇ ਉਪਲਕਸ਼ ਦੇ ਵਿੱਚ ਮੈਰਾਥਨ ਦੌੜ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਦੇ ਵਿੱਚ ਅੱਜ ਦੇਸ਼ ਨੂੰ ਜਾਦ ਹੋਏ 75 ਸਾਲ ਹੋ ਗਏ ਆ ਔਰ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਖੁਸ਼ੀ ਤੇ ਉਤਸ਼ਾਹ ਦੀ ਲਹਿਰ ਇਸ ਸਬੰਧ ਦੇ ਵਿੱਚ ਲੋਕਾਂ ਨੂੰ ਜਾਗਰਤ ਕਰਨ ਲਈ ਅੱਜ ਮੈਰਾਥਨ ਦਾ আয়োজন ਕੀਤਾ ਜਾ ਰਿਹਾ ਸਾਕਾ ਮੇਰ ਅਰਣ ਘੋਸਲਾ ਨੇ ਕਿਹਾ ਕਿ ਯੂਥ ਦੇਸ਼ ਦਾ ਆਉਣ ਵਾਲਾ ਭਵਿੱਖ ਹੈ ਤੇ ਉਹਨਾਂ ਸਮੂਹ ਵਰਕਰਾਂ ਨੂੰ ਤੇੰਗਾ ਮੈਰਾਥਨ ਲਈ ਮੁਬਾਰਕਬਾਦ ਦਿੱਤੀ ਅੱਜ ਪੂਰੇ ਭਾਰਤ ਦੇ ਵਿੱਚ ਸਾਡੇ ਪ੍ਰਧਾਨ ਮੰਤਰੀ ਨਿੰਦਰਵਾਈ ਮੋਦੀ ਜੀ ਦੀ ਜੋ ਸੋਚ ਆ ਅੱਜ ਯੂਥ ਜਿਹਨੇ ਬਾਰ ਬੜ ਦੇ ਵਿੱਚ ਜਿਹਨਾਂ ਯੂਥ ਨੇ ਅੱਜ ਖੇਡ ਕੇ ਇੰਡੀਆ ਦਾ ਨਾਂ ਰੋਸ਼ਨ ਕੀਤਾ ਕੱਲ 15 ਅਗਸਤ ਦੇ ਵਿੱਚ ਸਾਡੇ ਪ੍ਰਧਾਨ ਮੰਤਰੀ ਜਦੋਂ ਲਾਲ ਕਿਲੇ ਦੇ ਝੰਡਾ ਚੜਾ ਰਹੇ ਸੀ ਉੱਤੇ ਗੂੰਜ ਹੋ ਰਹੀ ਸੀ ਯੂਥ ਦੀ ਅੱਜ ਜਿਹੜਾ ਯੂਥ ਆ ਅੱਜ ਆਪਣੇ ਵੱਲੋਂ ਅੱਜ ਪ੍ਰੋਗਰਾਮ ਕਰ ਰਿਹਾ ਪੂਰੇ ਇੰਡੀਆ ਦੇ ਵਿੱਚ ਪੂਰੇ ਭਾਰਤ ਦੇ ਵਿੱਚ ਅੱਜ ਮਾਣ ਹੈ ਸਾਡੇ ਜ਼ਿਲ੍ਹਾ ਪ੍ਰਧਾਨ ਕੇ ਦੁਗਲ ਜੀ ਮੰਡਲ ਪ੍ਰਧਾਨ ਪਰਮਜੀ ਪੰਮਾ ਜੀ ਔਰ ਯੂਥ ਦੇ ਮਹਾ ਮੰਤਰੀ ਸ਼੍ਰੀ ਨਿਤਨ ਚੱਡਾ ਜੀ ਦੀ ਅਗਵਾਈ ਵਿੱਚ ਅੱਜ ਫਗਵਾੜੇ ਦੇ ਵਿੱਚ ਇਥੋਂ ਨਿਕਲੂਗਾ ਹੁਣ ਯੂਥ ਦਾ ਮਾਰ ਕਰਨਗੇ ਸਾਡੇ ਜਿਲ੍ਹਾ ਪ੍ਰਧਾਨ ਜੀ ਅੱਜ ਮੈਨੂੰ ਦੇ ਦਿਨ ਤੇ ਮੈਨੂੰ ਆਪਣੇ ਵੱਲੋਂ ਬਹੁਤ-ਬਹੁਤ ਮੈਂ ਵਧਾਈ ਦਿੰਨਾ ਕਿਉਂਕਿ ਜਿਹੜਾ ਯੂਥ ਆਨ ਆਲਾ ਯੂਥ ਹੀ ਦੇਸ਼ ਦਾ ਅੱਗੇ ਭੇਖਾ ਕੱਲ ਜਿੱਦਾਂ ਉੱਥੇ 15 ਅਗਸਤ ਦੇ ਵਿੱਚ ਪ੍ਰਧਾਨ ਮੰਤਰੀ ਜੀ ਨੇ ਆਪ ਖੁਦ ਤਾੜੀਆਂ ਲਾ ਕੇ ਉੱਥੇ ਯੂਥ ਦਾ ਸਵਾਗਤ ਕੀਤਾ ਔਰ ਜਿਹੜੇ ਖੇਡਾਂ ਦੇ ਵਿੱਚ ਵੜ ਦੇ ਵਿੱਚ ਆਪਣਾ ਨਾਂ ਰੋਸ਼ਨ ਇੰਡੀਆ ਦਾ ਕਰਕੇ ਆਇਆ ਮੈਂ ਅੱਜ ਦੇ ਦਿਨ ਤੇ ਇਹਨਾਂ ਸਾਰੇ ਅੱਜ ਜਿੰਨੇ ਭਾਰਤੀ ਿੰਦਰਾਪਾਟੀ ਦੇ ਕਾਰਜਕਰਤਾ ਔਰ ਸਾਰੇ ਇੱਥੇ ਆਇਆ ਮੈਂ ਇਹਨਾਂ ਨੂੰ ਅੱਜ ਦੇ ਦਿਨ ਤੇ ਸਾਡੀ ਮਹਿਲਾ ਵੀ ਅਰੀਨਾ ਕੋਸਲਾ ਜੀ ਵੀ ਆਏ ਮੈਂ ਇਹਨਾਂ ਨੂੰ ਵੀ ਸਾਰਿਆਂ ਨੂੰ ਅੱਜ ਦੇ ਦਿਨ ਤੇ ਬਹੁਤ ਬਹੁਤ ਵਧਾਈ ਦਿੰਦਾ। ਮਹਾ ਮੰਤਰੀ ਨਿਤਿਨ ਚੱਡਾ ਨੇ ਤਿਰੰਗਾ ਮੈਰਾਥਨ ਚ ਸ਼ਾਮਿਲ ਹੋਣ ਤੇ ਰਾਕੇਸ਼ ਦੁੱਗਲ ਤੇ ਸਪਾਰਟੀ ਦੇ ਸਮੂਹ ਵਰਕਰਾਂ ਦਾ ਧੰਨਵਾਦ ਕੀਤਾ। 75ਵੇਂ ਸੁਤੰਤਰਤਾ ਦਿਵਸ ਦੇ ਮੌਕੇ ਜਿਵਾ ਮੋਰਚਾ ਭਾਰਤ ਵੱਲੋਂ ਸਾਰੇ ਜ਼ਿਲ੍ਹਿਆਂ ਦੇ ਵਿੱਚ ਪੰਜਾਬ ਦੇ ਵਿੱਚ ਯੁਵਾ ਸੰਕਲਪ ਯਾਤਰਾ ਦੇ ਤਹਿਤ 15 ਤੋਂ 17 ਤਰੀਕ ਤੱਕ ਪ੍ਰੋਗਰਾਮ ਲਿਖੇ ਗਏ ਸਕੇ ਜੀ ਅੱਜ ਮੈਰਾਥਨ ਤਰੰਗਾ ਯਾਤਰਾ ਸਾਡੇ ਕਪੂਰਥਲੇ ਜ਼ਿਲ੍ਹੇ ਵੱਲੋਂ ਫਗਵਾੜਾ ਵਿੱਚ ਲੀਕੀ ਗਈ ਹੈ ਸਾਡੇ ਜ਼ਿਲ੍ਹਾ ਪ੍ਰਧਾਨ ਜੀ ਰਕੇਸ਼ ਦੁੱਗਲ ਜੀ ਸਾਨੂੰ ਅਸ਼ੀਰਵਾਦ ਦੇਣ ਮੌਕੇ ਤੇ ਪਹੁੰਚੇ ਆ ਜੀ ਇਹਨਾਂ ਦੇ ਮਾਰਗਦਰਸ਼ਨ ਨਾਲ ਅਸੀਂ ਸਾਰਿਆਂ ਨੂੰ ਇਹ ਉਮੀਦ ਕਰਦੇ ਹਾਂ ਕਿ ਜਵਾਂ ਮੋਰਚਾ ਅੱਗੇ ਆ ਕੇ ਸਾਰੇ ਜਵਾਂ ਅੱਗੇ ਆ ਕੇ ਦੇ ਦੀ ਸੇਵਾ ਲਈ ਆਪਣਾ ਯੋਗਦਾਨ ਪਾਣ